بسم اللہ الرحمن الرحیم میرے تمام ਕਿਸਾਨ ਭਾਈਆਂ ਨੂੰ ਖੁਸ਼ آمدید امید ਹੈ ਜੀ ਸਾਰੇ ਕਿਸਾਨ ਭਾਈ ਖਰੀਅਤ ਨਾਲ ਹੋਣਗੇ ਵੀਰ اشرف ਤੁਹਾਡੀ خدمت ਦੇ ਵਿੱਚ حاضر ਹੈ ਜੀ ਦਿੱਲੀ ਬੇਸ ਤੇ ਗੱਲਾਂ ਮੰਡੀ ਆਰਵਾਲਾ ਦੇ ਰੇਟ ਜਾਣਨ ਵਾਸਤੇ ਸਾਡੇ YouTube ਚੈਨਲ ਐਗਰੀਕਲਚਰ ਹੱਬ ਨੂੰ ਲਾਈਕ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਨਾ ਤਾਂ ਕਿ ਸਾਡੀ ਡੇਲੀ ਬੇਸ ਦੀ ਵੀਡੀਓ ਬਾਸਾਨੀ ਤੋਂ ਤੱਕ ਪਹੁੰਚ ਸਕੇ ਤੇ ਅੱਜ ਤੁਹਾਡੇ ਨਾਲ ਡਿਸਕਸ ਕਰਦੇ ਆ ਗੱਲਾਂ ਮੰਡੀ ਦੇ ਵਿੱਚ ਕੀ ਸੂਰਤ ਹੈ ਹਾਲ ਸਬੋ ਦੀ ਤਕਰੀਬਨ بارش ਹੁੰਦੀ ਪਈ ਹੈ ਕਹਿ ਲੋ ਕਿ ਤੁਸੀਂ ਸਵੇਰ 4 ਵਜੇ ਤੋਂ ਪਹਿਲਾਂ ਦੀ ਤੇ ਹੁਣ ਤੱਕ ਮਜ਼ੀਦ مسلسل بارش ਹੋਈ ਹੈ ਜਿੰਦਾ ਕਰਕੇ ਜਿਹੜਾ ਗੱਲਾ ਮੰਡੀ ਆਰਵਾਰਾ ਦੇ ਵਿੱਚ ਜਿਹੜੇ ਹਾਲਾਤ ਆ ਉਹ ਜਿਹੜੀਆਂ ਦੀਆਂ ਸੜਕਾਂ ਵਾਂ ਉਹ ਪਾਣੀ ਨਾਲ ਭਰੀਆਂ ਪਈਆਂ ਵਾਂ ਜਿਹੜਾ ਕੱਲ ਮਾਲ ਸੇਰ ਹੋਇਆ ਸੀ ਉਹ ਹਜੇ ਬੋਰੀਆਂ ਦੀ ਸੂਰਤ ਦੇ ਵਿੱਚ ਜਿਹੜਾ ਗਟੂਆਂ ਚ ਪਿਆ ਵਾ ਜੇ ਉਹ ਵੀ ਯਾਨੀ ਕਿ ਪਾਣੀ ਦੇ ਨਜ਼ਰ ਹੈਗਾ ਵਾ ਤੇ ਜਿਹੜਾ ਮਾਲ ਆਇਆ ਵਾ ਮਾਲ ਕਾਫੀ ਕਮ ਆਇਆ ਵਾ ਜਿਹੜਾ ਥੋੜਾ ਬਹੁਤ ਆਇਆ ਵਾ ਕੁਝ ਚੰਦ ਘਟੇਰੀਆਂ ਵਾਂ ਤੇ ਬਾਕੀ ਮਾਲ ਟਰਾਲੀਆਂ ਦੇ ਵਿੱਚ ਹੀ ਖੜਾ ਵਾ ਹਜੇ ਤੱਕ ਕੋਈ ਬੋਲੀ ਕੋਈ ਨਹੀਂ ਨਿਕਲੀ لیکن ਜਿਵੇਂ بارش ਹੋਈ ਹੈ ਜਿਵੇਂ ਯਾਨੀ ਕਿ ਹਾਲਾਤ ਖਰਾਬ ਆ ਮੰਡੀ ਦੇ ਵਿੱਚ ਉਸ ਹਾਲ ਨਾਲ ਅੱਜ ਜਿਹੜਾ ਰੇਟ ਹੋਏਗਾ ਉਹ ਕੱਲ ਦੀ ਨਿਸਬਤ ਕਾਫੀ ਹੱਦ ਤੱਕ ਕਮ ਹੋਏਗਾ ਕਹਿ ਲੋ ਜੇਕਰ ਕੱਲ ਮੱਕੀ ਸੇਲ ਹੋਈ ਹੈ 2260 ਰੁਪਏ ਦੇ ਵਿੱਚ ਕਹਿ ਲੋ ਜੇ ਹੋਈ ਹੈ ਤੇ ਅੱਜ ਜੇ ਮੈਕਸਿਮਮ ਸਿਰਾ ਨਿਕਲੇਗਾ 2200 ਜਾਂ ਪੂਨੇ 2200 ਰੁਪਏ ਤੱਕ ਨਿਕਲ ਸਕਦਾ ਵਾ ਕਿਉਂਕਿ ਮਾਲ ਖੁਸ਼ਕ ਹੋਏਗਾ ਨਹੀਂ ਅਗਰ ਖੁਸ਼ਕ ਮਾਲ ਹੋਏਗਾ ਤੇ ਉਹਦਾ ਰੇਟ ਹੋਏਗਾ ਕਿਉਂਕਿ ਸਾਰੇ ਮਾਲਾਂ ਦੇ ਵਿੱਚ ਨਮੀ ਆ ਚੁੱਕੀ ਹੋਏਗੀ ਉਹਦਾ ਕਰਕੇ ਜਿਹੜਾ ਰੇਟ ਆ ਜਾਏਗਾ ਕਮ ਹੋਏਗਾ ਬਾਕੀ ਏਰੀ ਫੈਨ ਵਗੈਰਾ ਕਿਸੇ ਚੀਜ਼ ਦਾ ਜ਼ਿਕਰ ਬੋਲੀ ਨਹੀਂ ਹੋਈ ਤੇ ਮੈਂ ਕਿਹਾ ਚਲੋ ਇੱਕ ਵੀਡੀਓ ਆਪਣੇ ਭਾਈਆਂ ਵਾਸਤੇ ਅਪਲੋਡ ਕਰ ਦਈਏ ਤਾਂ ਕਿ ਉਹ ਤਸੱਲੀ ਹੋ ਜਾਵੇ ਬਾਕੀ ਹਾਈ ਜਿਹੜੀ ਹਾਈ ਟੈਕ ਫੀਡ ਮੈਲ ਹੈਗੀ ਆ ਉਹਨੇ ਆਪਣਾ ਰੇਟ ਥੋੜਾ ਦੇਸ ਕੀਤਾ ਵਾ ਉਹਦਾ ਰੇਟ ਇਸ ਟਾਈਮ 2400 ਰੁਪਏ ਤੱਕ ਚਲਾ ਗਿਆ ਵਾ ਏਸੀਜੀਆ ਦੀ ਅਪਡੇਟ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਬਾਕੀ ਮੱਕਈ ਦੇ ਹਵਾਲੇ ਨਾਲ ਇੱਕ ਮੈਂ ਤੁਹਾਡੇ ਵਾਸਤੇ ਪੂਰਪੂਰ ਇਨਫੋਰਮੇਸ਼ਨ ਦੇ ਵਿੱਚ ਵੀਡੀਓ ਲੈ ਕੇ ਆ ਰਿਹਾ ਵਾਂ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਮੈਂ ਅਪਲੋਡ ਕਰਾਂਗਾ ਉਸ ਤੋਂ ਬਾਅਦ ਗੰਦਮ ਦੇ ਹਵਾਲੇ ਨਾਲ ਵੀ ਤੁਹਾਡੇ ਨਾਲ ਇੱਕ ਵੀਡੀਓ ਡਿਸਕਸ ਕਰਾਂ